ਜਿੱਥੇ ਠੇਕੇਦਾਰ ਦੀ ਲਾਪਰਵਾਹੀ ਕਰਕੇ ਜਲਾਲਾਬਾਦ ਦੇ ਕਾਲਜ ਦੀ ਖਸਤਾ ਹਾਲਤ ਹੋ ਗਈ ਹੈ ਉੱਥੇ ਸ਼ਹਿਰ ਵਿੱਚ ਜੋ ਨਵੀਆਂ ਇਮਾਰਤਾਂ ਬਣ ਰਹੀਆਂ ਨੇ ਉਹਨਾਂ ਵਿੱਚ ਵੀ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਸਾਡੀ ਟੀਮ ਨੇ ਸ਼ਹਿਰ ਵਿੱਚ ਬਣ ਰਹੇ ਐਡੀਟੋਰੀਅਮ ਦਾ ਦੌਰਾ ਕੀਤਾ ਤਾਂ ਇੱਥੇ ਠੇਕੇਦਾਰਾਂ ਵੱਲੋਂ ਸੀਮੈਂਟ ਦੀ ਥਾਂ ਤੇ ਰੇਤ ਨਾਲ ਹੀ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ। ਸਰਕਾਰੀ ਨਿਯਮਾਂ ਮੁਤਾਬਿਕ 5 ਤਸਲੇ ਰੇਤ ਵਿੱਚ 1 ਤਸਲਾ ਸੀਮੈਂਟ ਮਿਲਾਇਆ ਜਾਂਦਾ ਹੈ। ਇੱਥੇ 8 ਤਸਲੇ ਰੇਤ ਵਿੱਚ 1 ਤਸਲਾ ਸੀਮੈਂਟ ਮਿਲਾਇਆ ਜਾ ਰਿਹਾ ਸੀ। ਇਹੀ ਨਹੀਂ ਕੰਮ ਕਰ ਰਹੇ ਮਿਸਤਰੀਆਂ ਤੇ ਮਜ਼ਦੂਰਾਂ ਨੇ ਵੀ ਇਹ ਮੰਨਿਆ ਕਿ ਇਹ ਕੰਮ ਗਲਤ ਹੋ ਰਿਹਾ ਹੈ। ਸੀਮੈਂਟ ਦਾ ਘਟਾ ਪਾਇਆ ਜੀ। ਅੱਛਾ ਜੀ, ਤੇ ਰੇਤਾ? ਰੇਤਾ 8 ਪਾਉਣੇ ਹੈ। 8 ਪਾਉਣੇ ਨੇ। 8 ਬੱਟਲ ਪਾਉਣੇ ਨੇ ਸਾਰੇ ਦੇਖ ਲਾਂਗੇ। ਨਹੀਂ ਜੀ, ਸਵਾ ਕਿ 3 ਬੱਟਲ ਨਿਕਲਦੇ, 24 ਬੱਟਲ ਪਾਉਂਦੇ। 24 ਸਾਰੇ ਪਾਉਣੇ ਜੀ। ਅੱਛਾ, 24 ਪਾਉਣੇ। ਹਾਂ ਜੀ, ਘਟਾ ਖੋਲ ਦਿਆਂਗੇ। ਘਟਾ ਖੋਲ। ਐਸਡੀਓ ਸਾਹਿਬ ਕੌਣ ਸੀ? ਐਸਡੀ ਨਿਰਮਲ ਸਿੰਘ। ਨਿਰਮਲ ਸਿੰਘ ਨੇ ਦੀ ਪਰਮਿਸ਼ਨ? क्या बोले निर्मल सिंह आपको? उसने बोला था कि जी यहाँ से कनेक्शन आप ले सकते हैं। अच्छा, तो जो बिल है, बिल किस खाते में जाता है? बिल तो स्कूल के खाते में जाएगा। स्कूल के खाते में? पानी की सरकार दे उस विच जे बनदी है ते असीं उन्होंने कह के तो उहदी कवरी करा दें। जे पानी ना ही दईए उत्थे साडे कोल अवेलेबल वाटर है, सरकारी काम है। जे उहदे लई भी पानी असीं ना देंगे वह गलत पानी वरतेगा, उपरला बिल्डिंग ते नूं प्रॉब्लम आएगी उहदे। ਤੇ ਉਹਦੇ ਚੋਂ ਅਸੀਂ ਜਿਹੜਾ ਹੈਗਾ ਪ੍ਰੋਪਰ ਜਿਹੜਾ ਹੈਗਾ ਅਸੀਂ ਮੈਨੂੰ ਟੈਲੀਫੋਨ ਕੀਤਾ ਸੀ ਕਿ ਸਾਨੂੰ ਪਾਣੀ ਚਾਹੀਦਾ। ਉਹਨਾਂ ਦੇ ਐਕਸ਼ਨ ਦਾ ਟੈਲੀਫੋਨ ਆਇਆ ਜਾਂ ਚੁਦਾ ਆਇਆ ਸੀ, ਉਹਨਾਂ ਨੂੰ ਇੱਕ ਵਾਰੀ ਅਲਾਊ ਕੀਤਾ ਜੇ ਉਹਦੀ ਜ਼ਰੂਰਤ ਹੁੰਦੀ ਹੈ। ਜੋ ਨਈ ਬਿਲਡਿੰਗ ਬਾਰੇ ਤੁਸੀਂ ਮੈਨੂੰ ਦੱਸ ਰਹੇ ਹੋ, ਇਸ ਵਿੱਚ ਇਮੀਡੀਏਟਲੀ ਅਸੀਂ ਇੱਕ ਇੰਡੀਪੈਂਡੈਂਟ ਏਜੰਸੀ ਦੀ ਟੀਮ ਉੱਥੇ ਭੇਜ ਕੇ ਇਸ ਨੂੰ ਇੰਡੀਪੈਂਡੈਂਟਲੀ ਜੋ ਮਟੀਰੀਅਲ ਹੈ ਉਸਦੀ ਪੜਤਾਲ ਇਮੀਡੀਏਟਲੀ ਕਰਵਾ ਲੈਂਦੇ ਹਾਂ, ਸੋ ਦੈਟ ਅਗਰ ਕੋਈ ਇੱਦਾਂ ਦਾ ਸਬ ਸਟੈਂਡਰਡ ਮਟੀਰੀਅਲ ਯੂਜ਼ ਹੋ ਰਿਹਾ ਹੈ ਤਾਂ ਅਭੀ ਮੌਕੇ 'ਤੇ ਉਸਨੂੰ ਰੋਕਿਆ ਜਾ ਸਕੇ, ਕਾਰਵਾਈ ਅਮਲ 'ਚ ਲਾਈ ਜਾਏ।